भी चैनल चेंज हुआ है सोनिया गांधी जी। माय देश में महिलाओं की सुरक्षा चाहती हूँ। चैनल चेंज और कैसा चल रहा है। Triggered some memory, some nostalgia of the bygone days. Well, they say that nostalgia paints a smile on the stony face of the past. To continue with the function, I will now request Mr. Satnam Singh to take over the stage. Thank you, ma'am. ਬਹੁਤ ਬਹੁਤ ਸ਼ੁਕਰੀਆ। ਜਿਸ ਮੁਹੱਬਤ ਦੇ ਨਾਲ, ਜਿਸ ਵਫਾ ਦੇ ਨਾਲ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਨੂੰ ਮਾਣ ਰਹੇ ਹੋ, ਅਲੂਮਨੀ ਮੀਟ ਨੂੰ, ਤੁਹਾਡਾ ਸਾਰਿਆਂ ਦੇ ਇੱਥੇ ਪਹੁੰਚਣ ਦੇ ਬਹੁਤ ਬਹੁਤ ਸਵਾਗਤ। ਤੁਸੀਂ ਜਿੰਨੇ ਵੀ ਆਏ ਹੋ, ਤੁਹਾਡਾ ਸਾਰਿਆਂ ਦਾ ਚੱਲਿਆ ਇੱਕ ਕਦਮ ਸਾਡੇ ਸਿਰ ਮੱਥੇ, ਕਿਉਂਕਿ ਇਹ ਕਾਲਜ ਮੁਹੱਬਤ ਦੀ ਗੱਲ ਕਰਦਾ। ਇਸ ਕਾਲਜ ਦੀਆਂ ਫਿਜ਼ਾਵਾਂ ਦੇ ਵਿੱਚ ਤੁਸੀਂ ਸਾਰਿਆਂ ਨੇ ਜਿਹੜੇ 60 ਦੇ ਵਿੱਚ ਪੜ੍ਹੇ ਨੇ ਜਾਂ 70 ਦੇ ਵਿੱਚ ਪੜ੍ਹੇ ਨੇ, 62 ਦਾ ਇੱਕ ਬੈਚ ਬੈਠਾ, 72 ਦਾ ਇੱਕ ਬੈਚ ਬੈਠਾ, ਸਾਰੇ ਹੀ ਜਿੰਨੇ ਵੀ ਆਏ ਹੋ, ਮੁਹੱਬਤ ਦੇ ਨਾਲ ਆਏ ਹੋ, ਤੁਹਾਡਾ ਸਾਰਿਆਂ ਦਾ ਇੱਥੇ ਚੱਲਿਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ, ਕਿਉਂਕਿ ਖਾਲਸਾ ਕਾਲਜ ਤੁਹਾਡੇ ਸਾਰਿਆਂ ਦੇ ਲਈ ਹਮੇਸ਼ਾ ਆਪਣਾ ਰਹੇਗਾ। ਔਰ ਇਸ ਆਪਣੇਪਣ ਦੀ ਖਿੱਚ ਨੂੰ ਮਹਿਸੂਸ ਕਰਦੇ ਹੋਏ ਤੁਸੀਂ ਜਿੰਨੇ ਪਹੁੰਚੇ ਹੋ, ਆਪ ਸਭ ਦਾ ਬਹੁਤ ਬਹੁਤ ਸਵਾਗਤ। ਇੱਕੋ ਹੀ ਗੱਲ ਕਹਾਂਗਾ ਕਿ ਬ੍ਰਹਿਮੰਡ ਦਾ ਸਭ ਤੋਂ ਅਨੁਪਮ ਗੀਤ ਧੀਆਂ ਹੁੰਦੀਆਂ ਨੇ, ਔਰ ਅੱਜ ਇੰਨੀਆਂ ਧੀਆਂ ਸਾਡੀ ਇਸ ਮਾਹੌਲ ਨੂੰ ਖੂਬਸੂਰਤ ਬਣਾਉਣ ਦੇ ਲਈ ਪਹੁੰਚੀਆਂ ਨੇ। ਇੱਕ ਵਾਰ ਔਰਤ ਦੇ ਨਾਮ 'ਤੇ ਜ਼ੋਰਦਾਰ ਤਾੜੀ ਮਾਰ ਦਿਓ, ਕਿਉਂਕਿ ਜ਼ਾਲਮ ਕਹਿਣ ਬਲਾਵਾਂ ਹੁੰਦੀਆਂ ਪਰ ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ। ਜ਼ਾਲਮ ਕਹਿਣ ਬਲਾਵਾਂ ਹੁੰਦੀਆਂ ਪਰ ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ। ਮੈਂ ਜੰਗਲ ਨੂੰ ਟੁਰ ਜਾਣਾ ਸੀ, ਘਰ ਵਿੱਚ ਜੇਨਾ ਛਾਵਾਂ ਹੁੰਦੀਆਂ। ਔਰ ਕਰਜ਼ ਇਹਨਾਂ ਦਾ ਕੌਣ ਉਤਾਰੇ, ਕਰਜ਼ ਇਹਨਾਂ ਦਾ ਕੌਣ ਉਤਾਰੇ, ਰੱਬ ਤੋਂ ਵੱਡੀਆਂ ਮਾਵਾਂ ਹੁੰਦੀਆਂ। ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ। ਸੋ ਤੁਸੀਂ ਸਾਰੇ ਆਏ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਖਾਸ ਤੌਰ 'ਤੇ ਸਾਡੇ ਬਹੁਤ ਹੀ ਸਤਿਕਾਰਤ ਮੈਡਮ ਡਾਕਟਰ ਮੁਕਤੀ ਗਿੱਲ ਜੀ, ਪ੍ਰਿੰਸੀਪਲ ਖਾਲਸਾ ਕਾਲਜ, ਜਿਹੜੇ 2 ਸਾਲ ਤੋਂ ਇਸ ਸਾਰੇ ਮਾਹੌਲ ਨੂੰ ਹੋਰ ਵੀ ਖੂਬਸੂਰਤ ਬਣਾਉਣ ਦੇ ਵਿੱਚ ਜੱਦੋ ਜਹਿਦ ਨੇ। ਸੋ ਇਹ ਇੱਕ ਤਰ੍ਹਾਂ ਦਾ ਇਸ਼ਕ ਹੁੰਦਾ, ਜਨੂੰਨ ਹੁੰਦਾ, ਕਿਉਂਕਿ ਸਿਆਣੇ ਕਹਿੰਦੇ ਨੇ ਤਰਤੀਬ, ਤਰਕੀਬ ਅਤੇ ਤਹਿਜ਼ੀਬ ਨਾਲ ਕੀਤੇ ਹੋਏ ਕੰਮ ਹਮੇਸ਼ਾ ਨੇਪਰੇ ਚੜ੍ਹਦੇ ਨੇ। ਸੋ ਤੁਸੀਂ ਖਾਲਸਾ ਕਾਲਜ ਦੀ ਤਰਤੀਬ ਵੀ ਵੇਖੀ ਹੈ, ਤਰਕੀਬ ਵੀ ਵੇਖੀ, ਔਰ ਤਹਿਜ਼ੀਬ ਤੁਸੀਂ ਸਾਰੇ ਵੇਖ ਰਹੇ ਹੋ। ਔਰ ਜਿਸ ਤਰ੍ਹਾਂ ਦਾ ਇਹ ਸਾਰਾ ਮਾਹੌਲ ਸਿਰਜਿਆ ਗਿਆ ਅੱਜ ਤੁਹਾਡੇ ਸਾਰਿਆਂ ਦੇ ਲਈ, ਮੈਂ ਉਸਦੇ ਲਈ ਬਹੁਤ ਧੰਨਵਾਦੀ ਹਾਂ। ਸਾਡੇ ਬਹੁਤ ਹੀ ਸਤਿਕਾਰਤ ਮੈਮ ਸਰਬਜੀਤ ਮੈਮ ਔਰ ਜਸਬੀਰ ਮੈਮ, ਔਰ ਸਾਡੇ ਬਹੁਤ ਹੀ ਸਤਿਕਾਰਤ ਡਾਕਟਰ ਰਚਨਾ ਸ਼ਰਮਾ ਜੀ, ਮੈਨੂੰ ਨਜ਼ਰ ਨਹੀਂ ਆ ਰਹੇ ਜਿੱਥੇ ਹੀ ਬੈਠੇ ਨੇ, ਕਿਉਂਕਿ ਉਹਨਾਂ ਨੇ ਸਾਨੂੰ ਹੁਕਮ ਕੀਤਾ ਅਸੀਂ ਤੁਹਾਡੇ ਰੂਬਰੂ ਹਾਂ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਤਨਾਮ ਸਿੰਘ ਤੁਹਾਡੇ ਰੂਬਰੂ ਹਾਂ। ਜਿੰਨਾ ਵੀ ਹੁਣ ਅੱਗੇ ਕਲਚਰ ਦਾ ਜੋ ਵੀ ਪ੍ਰੋਗਰਾਮ ਹੈ ਪੇਸ਼ ਕਰਨ ਦੀ ਖੁਸ਼ੀ ਲੈ ਰਹੇ ਹਾਂ, ਔਰ ਮੈਂ ਮਾਣ ਮਹਿਸੂਸ ਕਰ ਰਿਹਾ ਕਿ ਮੈਂ ਇੰਨੇ ਸੂਝਵਾਨ ਔਰ ਸਿਆਣੇ ਲੋਕਾਂ ਦੇ ਅੱਗੇ ਬੋਲ ਰਿਹਾ। ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ। ਲਓ ਅਗਲੀ ਆਈਟਮ, ਅਗਲੀ ਪੇਸ਼ਕਾਰੀ, ਉਹ ਖੂਬਸੂਰਤ ਪੇਸ਼ਕਾਰੀ ਜਿਸ ਵਿੱਚ ਮਾਂ ਅਤੇ ਧੀ ਦੇ ਜੋ ਸਵਾਲ ਜਵਾਬ ਨੇ ਉਹ ਪੇਸ਼ ਕਰਨ ਦੇ ਲਈ ਮੈਂ ਬੁਲਾ ਰਿਹਾ ਸਾਡੇ ਸਤਿਕਾਰ ਦਲਜੀਤ, ਵਿਸ਼ਾਲੀ, ਗਗਨਦੀਪ, ਭਵੀ, ਸਰਬਜੀਤ।
ਕਾਲਜ ਦੇ ਨਾਲ ਸੰਬੰਧਿਤ ਵਿਦਿਆਰਥੀ ਨੇ, ਇਸ ਤੋਂ ਬਾਅਦ ਵੀ ਜਿੰਨੀਆਂ ਵੀ ਪਰਫੋਰਮੈਂਸਾਂ ਇੱਥੇ ਅੱਜ ਮੰਚ 'ਤੇ ਹੋਣੀਆਂ ਨੇ ਉਹਦਾ ਸੰਬੰਧ ਖਾਲਸਾ ਕਾਲਜ ਦੇ ਨਾਲ ਹੈ ਔਰ ਤੁਹਾਡੇ ਸਾਰਿਆਂ ਦੇ ਨਾਲ। ਇੱਕੋ ਹੀ ਗੱਲ ਜਿਹੜੀ ਇਸ ਗੀਤ ਦੇ ਵਿੱਚ ਮਹਿਸੂਸ ਕੀਤੀ ਜਾਣੀ ਸੀ ਕਿ ਝੂਠੇ ਨੇ ਉਹ ਲੋਕ ਜਿਹੜੇ ਆਖਦੇ ਨੇ ਕਿ ਧੀਆਂ ਦਾ ਕੋਈ ਘਰ ਨਹੀਂ ਹੁੰਦਾ। ਅਕਸਰ ਕਿਹਾ ਜਾਂਦਾ ਕਿ ਧੀਆਂ ਦੇ ਸਹੁਰੇ ਜਾਂ ਪੇਕੇ ਹੁੰਦੇ ਨੇ ਪਰ ਧੀਆਂ ਦਾ ਕੋਈ ਘਰ ਨਹੀਂ ਹੁੰਦਾ। ਉਹ ਲੋਕ ਝੂਠ ਬੋਲਦੇ ਨੇ ਕਿਉਂਕਿ ਧੀਆਂ ਨੂੰ ਘਰ ਦੀ ਜ਼ਰੂਰਤ ਨਹੀਂ ਹੁੰਦੀ, ਰੱਬ ਦਾ ਵੀ ਕਦੇ ਕੋਈ ਘਰ ਹੁੰਦਾ। ਧੀਆਂ ਜਿੱਥੇ ਜਾਂਦੀਆਂ ਨੇ ਉੱਥੇ ਘਰ ਬਣਨ ਲੱਗਦੇ ਨੇ। ਸੋ ਧੀਆਂ ਨੂੰ ਘਰ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਰੱਬ ਦਾ ਕੋਈ ਕਦੇ ਘਰ ਨਹੀਂ ਹੁੰਦਾ। ਧੀਆਂ ਜਿੱਥੇ ਜਾਂਦੀਆਂ ਨੇ ਉੱਥੇ ਘਰ ਬਣਾ ਲੈਂਦੀਆਂ ਨੇ। ਸੋ ਪੂਰੀ ਤਮਾਮ ਦੁਨੀਆ ਦੀ ਵਸਦੀਆਂ ਧੀਆਂ ਦੇ ਨਾਮ 'ਤੇ ਇੱਕ ਵਾਰ ਖੁੱਲ੍ਹ ਕੇ ਤਾੜੀ ਮਾਰਦਿਆ ਕਰੋ ਕਿਉਂਕਿ ਇਹ ਸਾਡਾ ਫਰਜ਼ ਬਣਦਾ ਔਰਤ ਦੇ ਲਈ ਸਤਿਕਾਰ ਦੇ ਨਾਲ ਭਰ ਜਾਣਾ। ਰਿਸਪੈਕਟ ਵਿਮਨ ਅੱਜ ਕੱਲ੍ਹ ਬੜੀ ਸਮੱਸਿਆ ਆ ਰਹੀ ਹੈ। ਸੋ ਜੇ ਅਸੀਂ ਘਰ ਤੋਂ ਸ਼ੁਰੂ ਕਰਕੇ ਗੱਲ ਚੱਲੀਏ ਕਿ ਔਰਤ ਬਹੁਤ ਮਹਾਨ ਹੈ, ਜਿਸਨੇ ਰਾਜੇ ਜੰਮੇ ਨੇ, ਜਿਸਨੇ ਏਡੇ ਏਡੇ ਗੁਰੂ ਵੀ ਜੰਮੇ ਨੇ, ਉਹ ਔਰਤ ਕਿਸ ਤਰ੍ਹਾਂ ਮੰਦੀ ਹੋ ਸਕਦੀ ਹੈ। ਲਓ ਅਗਲੀ ਕਾਰਵਾਈ ਦੇ ਲਈ ਮੈਂ ਸਾਡੇ ਸਤਿਕਾਰਿਤ ਮੈਮ ਪ੍ਰਵੀਨ ਜੀ ਨੂੰ ਬੇਨਤੀ ਕਰਦਾ, ਉਹ ਤੁਹਾਡੇ ਰੂਬਰੂ ਹੋਣਗੇ। ਇੱਕ ਵਾਰ ਫਿਰ ਮੇਰੇ ਬਹੁਤ ਹੀ ਸਤਿਕਾਰਿਤ ਡਾਕਟਰ ਰਚਨਾ ਸ਼ਰਮਾ ਜੀ, ਮੈਮ ਸਰਬਜੀਤ ਜੀ, ਸਾਡੇ ਸਤਿਕਾਰ ਸ਼ਰੂਤੀ ਜੀ, ਇਹਨਾਂ ਦਾ ਇੱਥੇ ਪਹੁੰਚਣ 'ਤੇ ਵੈਲਕਮ ਕਰਦਾ। ਔਰ ਇੱਕੋ ਹੀ ਗੱਲ ਕਿ ਇਬਾਦਤ ਤੋਂ ਕੀ ਤਰ੍ਹਾਂ ਮੈਂ ਇਹ ਕਾਮ ਕਰਤਾ ਹੂੰ ਮੇਰਾ ਅਸੂਲ ਹੈ ਪਹਿਲੇ ਸਲਾਮ ਕਰਤਾ ਹੂੰ। ਇਬਾਦਤ ਤੋਂ ਕੀ ਤਰ੍ਹਾਂ ਮੈਂ ਇਹ ਕਾਮ ਕਰਤਾ ਹੂੰ ਮੇਰਾ ਅਸੂਲ ਹੈ ਪਹਿਲੇ ਸਲਾਮ ਕਰਤਾ ਹੂੰ। ਮੁਖਾਲਫਤ ਸੇ ਮੇਰੀ ਸੱਚੀ ਸਮਰਤੀ ਹੈ, ਮੈਂ ਦੁਸ਼ਮਣੋਂ ਕਾ ਬੜਾ ਇਹਤਰਾਮ ਕਰਤਾ ਹੂੰ, ਔਰ ਖੁਦਾ ਨੇ ਗਜ਼ਲ ਕਾ ਦਯਾਰ ਬਖਸ਼ਾ ਹੈ ਮੁਝੇ, ਇਹ ਸਲਤਨਤ ਮੈਂ ਮੁਹੱਬਤ ਕੇ ਨਾਮ ਕਰਤਾ ਹੂੰ। ਔਰ ਮੁਹੱਬਤ ਦੇ ਨਾਮ, ਇਸ਼ਕ ਦੇ ਨਾਮ ਅੱਜ ਦਾ ਇਹ ਪ੍ਰੋਗਰਾਮ, ਕਿਉਂਕਿ ਤੁਹਾਡੇ ਸਾਰਿਆਂ ਦੀਆਂ ਜੋ ਮੋਹ ਦੀਆਂ ਤੰਦਾਂ ਖਾਲਸਾ ਕਾਲਜ ਦੇ ਨਾਲ ਜੁੜੀਆਂ ਨੇ ਉਹ ਅੱਜ ਇਸ ਮੰਚ 'ਤੇ ਤੁਸੀਂ ਵੇਖੋਗੇ, ਔਰ ਤੁਹਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਜਿਹੜੀ ਇੱਕ ਧੜਕ ਰਹੀ ਹੈ ਉਹ ਗੱਲ, ਉਹ ਜਜ਼ਬਾਤ ਜਿਹੜੇ ਤੁਸੀਂ ਸਾਰਿਆਂ ਨੇ ਸ਼ੇਅਰ ਕਰ ਰਹੇ ਨੇ ਅੱਜ ਸਾਡੇ ਦੇ ਨਾਲ ਕਿ ਖਾਲਸਾ ਕਾਲਜ ਕਿਸ ਤਰ੍ਹਾਂ ਤੁਹਾਨੂੰ ਆਪਣਾ ਲੱਗਦਾ, ਕਿਸ ਤਰ੍ਹਾਂ ਅੱਜ ਤੁਸੀਂ, ਕਿਉਂਕਿ ਹਰ ਵਿਦਿਆਰਥੀ ਨੇ ਇਸ ਕਾਲਜ ਤੋਂ ਹੁਣ ਤੱਕ ਦਾ ਜੋ ਸਫ਼ਰ ਤੈਅ ਕੀਤਾ ਉਹ ਆਪਣੀ ਲਾਈਫ ਦੇ ਵਿੱਚ ਬਹੁਤ ਕੁਝ ਅਚੀਵ ਕੀਤਾ, ਉਹਨਾਂ ਨੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ, ਬਹੁਤ ਸਾਰੀਆਂ ਨਿਭਾ ਰਹੇ ਨੇ। ਸੋ ਅੱਜ ਕਿੱਦਾਂ ਦਾ ਲੱਗ ਰਿਹਾ, ਪਹਿਲਾਂ ਕਿੱਦਾਂ ਦਾ ਸੀ, ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਉਸ ਤੋਂ ਪਹਿਲਾਂ ਮੈਮ ਪ੍ਰਭਲੀਨ ਤੌਰ ਜੀ, Reunion arouses profound feelings of joy and affection. It is an event which helps to foster relationships and reconnect with old friends. It is not only something which invokes nostalgia, but it also helps to revive faded memories and renews old associations. And as we renew our connections today, we would like to offer small tokens of our affection to the members of the Alumni Association who have spread their wings
and have carried the glory of their alma mater far and wide. We begin with Ms. Rachna, who is the Vice President of the Alumni Association, who at all times has been ready to offer her untiring service to the needy students of the college. I will request Madam Principal and Madam Sarvinder Kaur to please do the honors and give away our tokens of affection to them. For this day to materialize. Now we have Ms. Shruti, the Secretary of the Alumni Association. Her readiness to offer a helping hand is much appreciated by all of us, especially the students who have been able to realize their dream of gaining education due to her help and efforts. A very important member of our Alumni Association, Ms. Rijita, hasn't been able to make it here, though we are missing her today over here. Now may I request Ms. Alka to please come up onto the stage, who has been the alumni, she's worked over here, and her ever smiling face and her readiness to support and help the students has always been appreciated by all of us. After her, I would request Ma'am Tripta, whose financial support has always helped students move forward in the field of education. She is an associate professor in BEd College. Ms. Lanisha, I request you to please come up on the stage. She has always been helping the needy and the financially weaker students by providing fees to them from time to time. We appreciate your efforts, ma'am. After her, I would request Ms. Harinder Hundru to please come up onto the stage. Ma'am Harinder Hundal's promptness and zeal to be of service as a member of the Alumni Association over the years makes her ever more dear to us. May I now request Ms. Kamalpreet to please come up onto the stage. She has always been ready with her valuable suggestions from time to time, thereby enhancing the smooth functioning of the Alumni Association. She is working as an assistant professor in DAV College, Chandigarh. Thank you.
Dr. Vani and Dr. Vidhu, the renowned gynecologists of Ludhiana, sisters and partners in success. They have never shied away from lending a hand of service to the community and have been regularly delivering informative lectures on gynecological issues to the students at various times. Thank you for your support always. I will now request Ms. Indu Bhaskar to please come up onto the stage. A woman of substance who in her college days was an active participant in sports as well as the co-curricular activities. She is the founder member of Glaucoma Society PGI and a socialite focusing on the betterment of society always, and has been lending a helping hand in the functioning of the Alumni Association of the college as well. May I now request Ms. Kulwinder Gill to please come up onto the stage. Ms. Kulwinder Gill. She has always been very supportive, and today's function has also materialized with a lot of help from her. And now it's time for Ms. Arunji to be called upon the stage. Ms. Arunji, the hockey coach of our college team, she has rendered tireless service in the field of sports and has offered constant support to our sportswomen. We salute your efforts, ma'am. Thank you, ma'am. We are thankful to each one of you for your enthusiastic and sincere efforts towards the service which you have offered to your alma mater. You have truly lived by the dictum, purpose is not about you. A life of significance is about serving those who need your gifts, your leadership, your purpose. Thank you, everyone. And I will now again hand over the mic to Mr. Satnam Singh. Thank you, ma'am. ਜਾ ਕੇ ਪੰਜਾਬ ਦੀ ਸੋ ਜਾਗਣ ਦਾ ਸਬੂਤ ਦਿਓ, ਖੁੱਲ੍ਹ ਕੇ ਤਾੜੀ ਮਾਰ ਦਿਓ, ਕਿਉਂਕਿ ਇਹ ਜਿੰਨਾ ਵੀ ਸਮਾਂ, ਕੋਈ ਵਾਧਾ ਲੰਮਾ ਸਮਾਂ ਨਹੀਂ, ਕੋਈ ਘੰਟਾ ਡੇਢ ਘੰਟੇ ਦਾ ਪ੍ਰੋਗਰਾਮ ਹੈ ਜਿਸ ਦੇ ਵਿੱਚ ਤੁਸੀਂ ਅੱਧੇ ਘੰਟੇ ਦਾ ਪ੍ਰੋਗਰਾਮ ਦੇਖ ਚੁੱਕੇ ਹੋ, ਹੁਣ ਤੋਂ 45 ਮਿੰਟ ਦਾ ਪ੍ਰੋਗਰਾਮ ਬਾਕੀ ਹੈ। ਸੋ ਤੁਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਾਗਦੇ ਰਹੋ ਔਰ ਮਸਤੀ ਦੇ ਵਿੱਚ ਰਹੋ, ਕਿਉਂਕਿ ਇਹ ਦਿਨ ਜਿਹੜਾ ਹਰ ਸਾਲ ਔਰਗਨਾਈਜ਼ ਕੀਤਾ ਜਾਂਦਾ ਖਾਲਸਾ ਕਾਲਜ ਵੱਲੋਂ, ਤੁਹਾਡੇ ਲਈ ਉਹ ਜਿਹੜੇ ਇੱਥੇ ਪੜ੍ਹ ਕੇ ਚਲੇ ਗਏ।